ਹਾਂਜੀ ਬੱਚੇ ਜਿਨ੍ਹਾਂ ਬੱਚਿਆਂ ਨੇ ਪੰਜਾਬ ਟ੍ਰਿਪਲ ਐਸਬੀ ਕਲਰਕ ਦਾ ਪੇਪਰ ਭਰਿਆ ਸੀ ਉਹਨਾਂ ਲਈ ਗੁੱਡ ਨਿਊਜ਼ ਹੈ ਲਾਸਟ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਜਿੱਥੇ ਮੈਂ ਇਸ ਪੇਪਰ ਦੀ 3 ਵੀਕਸ ਦੀ ਸਟਰੈਟਜੀ ਡਿਸਕਸ ਕੀਤੀ ਸੀ ਪੀਟ੍ਰੀਪੀਐਸਬੀ ਨੇ ਆਪਣੀ ਵੈਬਸਾਈਟ ਤੇ ਪਾਇਆ ਸੀ ਕਿ ਵੀ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ 'ਚ ਇਹ ਪੀਟ੍ਰੀਪੀਐਸਬੀ ਕਲਰਕ ਦਾ ਪੇਪਰ ਲੈ ਲੈਣਗੇ ਤੇ ਆਪਾਂ ਕੁਝ ਉਹਦੇ ਬੇਸਿਸ ਤੇ 3 ਵੀਕ ਸਟਰੈਟਜੀ ਡਿਸਕਸ ਕੀਤੀ ਸੀਗੀ ਬਟ ਉਦੋਂ ਪੀਟ੍ਰੀਪੀਐਸਬੀ ਨੇ ਆਪਣੀ ਵੈਬਸਾਈਟ ਤੇ ਨਾ ਸਿਲੇਬਸ ਪਾਇਆ ਸੀਗਾ ਨਾ ਪੈਟਰਨ ਆਫ ਦੀ ਐਗਜ਼ਾਮੀਨੇਸ਼ਨ ਬਾਰੇ ਕੋਈ ਗੱਲ ਕੀਤੀ ਸੀਗੀ ਤਾਂ ਉਸ ਕੰਟੈਕਸਟ ਚ ਅਪਡੇਟ ਹੈ ਹੁਣ ਉਹਨਾਂ ਦੀ ਵੈਬਸਾਈਟ ਤੇ ਉਹਨਾਂ नोटिफाई करता है कि पैटर्न की रहूगा मार्क्स डिस्ट्रीब्यूशन की रहूगी ये सारी डिटेल्स हम अपने सामने आ गई तीन क्लर्क दिन पोस्ट जनरल क्लर्क है एक आई वाले क्लर्क है और एक अकाउंट्स वाले क्लर्क है ਤਤ ਇਹਨਾਂ ਦੇ ਪੇਪਰ ਵੀ ਥੋੜੇ ਥੋੜੇ ਡਿਫਰੈਂਟ ਹੋਣਗੇ ਪੈਟਰਨ ਵੀ ਥੋੜਾ ਥੋੜਾ ਡਿਫਰੈਂਟ ਹੋਊਗਾ ਜਿਹੜੇ ਜਨਰਲ ਕਲਰਕ ਹੈ ਉਹਨਾਂ ਦੀ ਰੀਜ਼ਨਿੰਗ ਨੰਮਰਿਕਲ ਅਬਿਲਿਟੀ ਜਿਹਨੂੰ ਆਪਾਂ ਕੁਆਂਟ ਕਹਿੰਦੇ ਆਂ ਇੰਗਲਿਸ਼ ਪੰਜਾਬੀ ਲੈਂਗੁਏजेस 3 ਮਾਰਕਸ ਦੀ ਆਣੀ ਹੈ ਜੀਕੇ ਵੀ ਨੰਬਰ ਦੀ ਹੈ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਜਿਹੜਾ ਕੰਪਿਊਟਰ ਨੋਲੇਜ ਹੈ ਬੇਸਿਕ ਨੋਲੇਜ ਆਫ ਕੰਪਿਊਟਰਸ ਵਗੈਰਾ ਵੀ ਨੰਬਰ ਦੇ ਵੀ ਕੁਐਸਚਨਸ ਹੋਦੇ ਹੋਣਗੇ ਪੰਜਾਬ ਹਿਸਟਰੀ ਐਂਡ ਕਲਚਰ ਵੀ ਨੰਬਰ ਦਾ ਇਹ ਰਹੂਗਾ ਤਾਂ ਟੋਟਲ 120 ਐਮਸੀਕਿਊਜ਼ ਆ ਨਗੇ 90 ਮਿੰਟਸ ਦਾ ਪੇਪਰ ਹੋਊਗਾ 120 ਮਾਰਕਸ ਹੈ ਇੱਕ ਕੁਐਸਚਨ ਇੱਕ ਮਾਰਕ ਦਾ ਤਾਂ ਇਹ ਸਿਲੇਬਸ ਹੁਣ ਆਪਣੇ ਕੋਲੇ ਡਿਟੇਲ ਚ ਆ ਗਿਆ ਹੈ ਕਿਹੜੇ ਕਿਹੜੇ ਟੌਪਿਕਸ ਆਣਗੇ ਕਿਹੜੇ ਕਿਹੜੇ ਟੌਪਿਕਸ ਨਹੀਂ ਆਣਗੇ ਤਾਂ ਇਹ ਜਿਹੜਾ ਸਿਲੇਬਸ ਹੈ ਬਹੁਤ ਹੀ 익ਸਪੈਕਟਿਡ ਲਾਈਨਸ ਤੇ ਰਿਹਾ ਕੁਝ ਟੌਪਿਕ ਜ਼ਰੂਰ ਜੇ ਆਪਾਂ ਅੰਦਰ ਦੀ ਗੱਲ ਕਰੀਏ ਮੈਂ ਜਿਹੜੀ ਤੁਹਾਡੇ ਨਾਲ 3 ਵੀਕ ਸਟਰੈਟਜੀ ਸ਼ੇਅਰ ਕੀਤੀ ਸੀਗੀ ਉਸ ਚ ਕੁਝ ਟੌਪਿਕਸ ਮੈਂ ਇਨਕਲੂਡ ਕੀਤੇ ਸੀਗੇ ਜਿਹੜੀ ਪੂਰੀ ਟੀਮ ਨੇ ਅਸੀਂ ਡਿਸਕਸ ਕੀਤੇ ਸੀਗੇ ਇਹ ਵਾਲੇ ਕਰਵਾਉਣੇ ਚਾਹੀਦੇ ਆ 익ਸਪੈਕਟਿਡ ਹੈ ਪੇਪਰ ਚ ਉਸ ਇੰਡੀਵਿਜੂਅਲ ਟੌਪਿਕਸ ਤੋਂ ਥੋੜੇ ਬਹੁਤ ਤੇ ਚੇਂजेस ਹੈਗੇ ਉਹ ਮੈਂ ਸਟ੍ਰੈਟਜੀ ਤੁਹਾਡੇ ਨਾਲ ਹੁਣ ਡਿਸਕਸ ਕਰੂੰਗਾ ਚੇਂਜ ਸਟ੍ਰੈਟਜੀ ਕੀ ਹੈ ਤੇ ਉਸ ਚ ਮੈਂ ਡਿਸਕਸ ਕਰਦਾ ਹਾਂ ਤੁਹਾਡੇ ਨਾਲ ਬਟ ਇਹ ਸਿਲੇਬਸ ਵਗੈਰਾ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਜੇ ਜਾਂ ਪਿੰਨ ਕਮੈਂਟ ਚ ਵੀ ਤੁਹਾਨੂੰ ਇਹ ਵੱਲਾ ਸਿਲੇਬਸ ਮਿਲ ਜਾਊਗਾ ਤੇ ਉਹਦੇ ਬੇਸਿਸ ਤੇ ਹੁਣ ਆਪਾਂ ਚੇਂਜ ਸਟ੍ਰੈਟਜੀ ਕੀ ਹੈ ਉਹ ਡਿਸਕਸ ਕਰਾਂਗੇ ਜਿਹੜੇ ਬਾਕੀ ਦੀਆਂ ਦੋ ਕਲਰਕ ਦੀਆਂ ਪੋਸਟਾਂ ਗੀਆਂ ਆਈਟੀ ਵਾਲੀਆਂ ਤੇ ਅਕਾਊਂਟਸ ਵਾਲੀਆਂ ਹੁਣ ਉਸ ਚ ਬਾਕੀ ਦੇ ਟੌਪਿਕਸ ਆ ਸੇਮ ਹੈ ਮਾਰਕਸ ਡਿਸਟ੍ਰਿਬਿਊਸ਼ਨ ਨੋ ਡਾਊਟ ਥੋੜੀ ਜਿਹੀ ਡਿਫਰੈਂਟ ਹੈ ਅੰਦੀ ਮੇ ਰੀਜ਼ਨਿੰਗ ਨੰਮਰਿਕਲ ਅਬਿਲਿਟੀ ਇੰਗਲਿਸ਼ ਐਂਡ ਪੰਜਾਬੀ ਲੈਂਗੁਏਜ ਹੁਣ ਥੋੜੇ ਥੋੜੇ ਘੱਟ ਕੁਐਸਚਨਸ ਐ ਰੀਜ਼ਨ ਬੀਇੰਗ ਇਹਨਾਂ ਨੇ ਜਿਹੜੇ ਟੌਪਿਕ ਦੀ ਜਿਹੜੇ ਡਿਪਾਰਟਮੈਂਟ ਦੀ ਪੋਸਟ ਐ ਉਹਦੇ ਬਹੁਤ ਜ਼ਿਆਦਾ ਕੁਐਸਚਨਸ ਰੱਖੇ ਹੋਏ ਐ ਜਿਵੇਂ ਕਿ ਹੁਣ ਆਈਟੀ ਦੇ ਇੱਥੇ ਕੰਪਿਊਟਰਸ ਇੱਥੇ 50 ਕੁਐਸਚਨਸ ਕੰਪਿਊਟਰ ਕੰਪਿਊਟਰ ਤੋਂ ਹੀ ਐ ਜਿਹੜੀ ਕਲਰਕ ਕੰਪਿਊਟਰਸ ਜਾਂ ਕਲਰਕ ਆਈਟੀ ਵਾਲੀ ਜਿਹੜੀ ਪੋਸਟ ਐ 50 ਕੁਐਸਚਨਸ 50 ਮਾਰਕਸ ਦੇ ਸਿਰਫ ਕੰਪਿਊਟਰ ਦੇ ਕੁਐਸਚਨਸ ਆਣਗੇ ਥੋੜੀ ਜੀ ਡਿਟੇਲ ਚ ਵਗੈਰਾ ਬਾਰੇ ਪੁੱਛਿਆ ਹੋਇਆ ਕੰਪਿਊਟਰ ਆਰਗੇਨਾਈਜੇਸ਼ਨ ਡਾਟਾ ਸਟਰਕਚਰਸ ਬਾਰੇ ਪ੍ਰੋਗਰਾਮਿੰਗ ਸਕਿਲਸ ਬਾਰੇ ਇਹ ਸਾਰੀਆਂ ਚੀਜ਼ਾਂ ਇਨਕਲੂਡ ਕੀਤੀਆਂ ਇਹਨਾਂ ਨੇ ਕਲਰਕ ਆਈਟੀ ਦੇ ਸਿਲੇਬਸ ਚ 50 ਮਾਰਕਸ ਦਾ ਆਈਟੀ ਹੋ ਗਿਆ ਬਾਕੀ ਦੇ 70 ਮਾਰਕਸ ਦਾ ਉਹੀ ਜਨਰਲ ਚੀਜ਼ਾਂ ਹੋ ਗਈਆਂ ਜੀਕੇ ਹਿਸਟਰੀ ਹਿਸਟਰੀ ਐਂਡ ਕਲਚਰ ਆਫ ਪੰਜਾਬ ਇੰਗਲਿਸ਼ ਪੰਜਾਬੀ ਰੀਜ਼ਨਿੰਗ ਐਂਡ ਕੁਆਂਟ ਇਹਹੀ ਚੀਜ਼ ਆਪਾਂ ਨੂੰ ਦੂਸਰਾ ਜਿਹੜੇ ਕਲਰਕ ਅਕਾਊਂਟਸ ਵਾਲੇ ਆ ਉਹਦੇ ਚ ਵੀ ਦੇਖਣ ਨੂੰ ਮਿਲਦੀ ਹੈ ਰੀਜ਼ਨਿੰਗ ਕੁਆਂਟ ਇੰਗਲਿਸ਼ ਪੰਜਾਬੀ ਜੀਕੇ ਐਂਡ ਪੰਜਾਬ ਬਹੁਤ ਹੈ ਹੀ ਹੈ ਅ ਇਨ ਐਡੀਸ਼ਨ ਟੂ 뎃 ਫਾਈਨੈਂਸ ਐਂਡ ਅਕਾਊਂਟਸ ਦੇ 35 ਨੰਬਰ ਦੇ ਕੁਐਸਚਨਸ ਰੱਖੇ ਆ 15 ਨੰਬਰ ਇਥੇ ਵੀ ਕੰਪਿਊਟਰ ਦੇ ਆਣਗੇ ਬਟ ਇਹ ਕੰਪਿਊਟਰ ਜਨਰਲ ਹੋਊਗਾ ਜਿਹੜਾ ਆਪਾਂ ਜਨਰਲ ਪੋਸਟ ਲਈ ਕਰਦੇ ਆਂ ਬਟ 35 ਨੰਬਰ ਦੀ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਟੌਪਿਕਸ ਇਨਾਂ ਨੇ ਰੱਖੇ ਆ ਡਾਇਰੈਕਟ ਟੈਕਸੇਸ਼ਨ ਇਨਡਾਇਰੈਕਟ ਟੈਕਸੇਸ਼ਨ ਬਿਜ਼ਨਸ ਐਂਡ ਕਾਰਪੋਰੇਟ ਲਾ ਕੋਸਟ ਅਕਾਊਂਟਿੰਗ ਸਾਰੀਆਂ ਚੀਜ਼ਾਂ ਇਨਕਲੂਡਡ ਆ ਹੁਣ ਜਿਹੜੇ ਤਾਂ ਅ ਪੋਸਟ ਸਪੈਸਿਫਿਕ ਜਿਹੜੀਆਂ ਚੀਜ਼ਾਂ ਜਿਵੇਂ ਫਾਈਨੈਂਸ ਐਂਡ ਅਕਾਊਂਟਿੰਗ ਹੋ ਗਈ ਐਂਡ ਜਿਹੜੇ ਆਈਟੀ ਵਾਲਾ ਪੋਰਸ਼ਨ ਹੋ ਗਿਆ ਇਹਨਾਂ ਚ ਉਹਨਾਂ ਨੇ ਜਦੋਂ ਐਪਲੀਕੇਸ਼ਨਸ ਮੰਗੀਆਂ ਸੀਗੀਆਂ ਉਦੋਂ ਵੀ ਡਿਗਰੀ ਦੀਆਂ ਰਿਕੁਆਇਰਮੈਂਟਸ ਵੀ ਰੱਖੀਆਂ ਸੀਗੀਆਂ ਕਿ ਬੀਕਾਮ ਵਾਲੇ ਹੀ ਅਪਲਾਈ ਕਰ ਸਕਦੇ ਆ ਉਧਰ ਆਈਟੀ ਵਾਲੇ ਹੀ ਅਪਲਾਈ ਕਰ ਸਕਦੇ ਆ ਜਿਹੜੀ ਜਨਰਲ ਕਲਰਕ ਸੀਗੇ ਉਹਨਾਂ ਤੇ ਕੋਈ ਉਹਨਾਂ ਨੇ ਰੈਸਟ੍ਰਿਕਸ਼ਨ ਨਹੀਂ ਸੀਗੀ ਸਿੰਪਲ ਗ੍ਰੈਜੂਏਸ਼ਨ ਐਸ ਉਹਨਾਂ ਨੇ ਕੁਆਲੀਫਿਕੇਸ਼ਨ ਮੰਗੀ ਸੀਗੀ ਤਾਂ ਇਹ ਵਾਲੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀਆਂ ਕਾਮਨ ਟੂ 올3 ਪੇਪਰਸ ਹੈ ਇਹ ਤਾਂ ਆਪਾਂ ਚੰਗੀ ਤਰ੍ਹਾਂ ਕਰਨੀਆਂ ਹੀ ਕਰਨੀਆਂ ਬਾਕੀ ਜਿਹੜੀਆਂ ਸਪੈਸੀਫਿਕ ਚੀਜ਼ਾਂ ਕਿਉਂਕਿ ਤੁਹਾਡੀ ਡਿਗਰੀ ਦੀ ਰਿਕੁਆਇਰਮੈਂਟ ਵੀ ਉੱਥੇ ਡਿਮਾਂਡ ਕੀਤੀ ਗਈ ਸੀਗੀ ਪੇਪਰ ਅਪਲਾਈ ਕਰਨ ਦੇ ਟਾਈਮ ਤੇ ਤਾਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹ ਡਿਗਰੀ ਵਾਲੀਆਂ ਚੀਜ਼ਾਂ ਤੁਸੀਂ ਆਪਣੇ ਲੈਵਲ ਤੇ ਕਵਰ ਕਰ ਲਓਗੇ ਫਿਰ ਵੀ ਜੇ ਕੋਈ ਹੈਲਪ ਚਾਹੀਦੀ ਹੋਗੀ ਹੋਗੀ ਤੁਸੀਂ ਕਾਲ ਕਰ ਸਕਦੇ ਸਾਨੂੰ ਦਿੱਤੇ ਗਏ ਨੰਬਰ ਤੇ ਹੁਣ ਮੈਂ ਗੱਲ ਕਰਦੇ ਆ ਆਪਣੀ ਚੇਂਜ ਸਟਰੈਟਜੀ ਬਾਰੇ ਜਿਹੜੀ 3 ਵੀਕ ਸਟਰੈਟਜੀ ਇਹ ਵਾਲੀ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤੀ ਸੀਗੀ ਪਹਿਲਾਂ ਡਿਸਕਸ ਕੀਤੀ ਸੀਗੀ ਆਈਡੀਆ ਕੀ ਸੀਗਾ ਕਿ ਜਿਹੜਾ ਕਲਰਕ ਦਾ ਕੋਰਸ ਚੱਲ ਰਿਹਾ ਇਸ 'ਚ ਕੁਝ ਟੌਪਿਕਸ ਆਪਾਂ ਆਇਡੈਂਟੀਫਾਈ ਕਰਦੇ ਆ ਇਹਨਾਂ ਟੌਪਿਕਸ ਤੇ ਫੋਕਸ ਕਰਕੇ ਤੁਸੀਂ ਆਪਣੇ ਲੈਵਲ ਤੇ ਵੀ ਉਹ ਵਾਲੇ ਟੌਪਿਕਸ ਪ੍ਰਪੇਅਰ ਕਰੋ ਅਸੀਂ ਤੁਹਾਨੂੰ ਇੱਕ ਕੁਐਸਚਨ ਬੈਂਕ ਪ੍ਰੋਵਾਈਡ ਕਰੀਏ 200 ਕੁਐਸਚਨਸ ਦਾ ਤੁਹਾਡਾ ਟੈਸਟ ਲਈਏ ਐਂਡ ਜਿਹਦੇ ਬੇਸਿਸ ਤੇ ਤੁਸੀਂ ਆਪਣੀ ਨੋਲੇਜ ਨੂੰ ਟੈਸਟ ਕਰ ਸਕਦੇ ਹੋ ਤਾਂ ਜਿਹੜੇ ਵੀ ਡਿਫਰੈਂਟ ਸਬਜੈਕਟ ਸੀਗੇ ਇਹਨਾਂ ਨੂੰ ਆਪਾਂ ਇਹਨਾਂ ਦੇ ਸਿਲੇਬਸ ਨੂੰ ਆਪਾਂ ਤਿੰਨ ਵੀਕਸ ਚ ਡਿਵਾਈਡ ਕਰਤਾ ਸੀਗਾ ਇਸ ਸਟਰੈਟਜੀ ਦੇ ਤਹਿਤ ਫਰਸਟ ਵੀਕ ਤਾਂ ਆਲਰੇਡੀ ਆਪਾਂ ਡਿਲੀਵਰ ਕਰਤਾ ਹੋਇਆ ਆਈ ਹੋਪ ਤੁਸੀਂ ਰਿਵੀਜ਼ਨ ਇਸੇ ਸਟਰੈਟਜੀ ਦੇ ਤਹਿਤ ਕਰ ਰਹੇ ਹੋਵੋਗੇ ਐਂ ਤੁਸੀਂ 200 ਪ੍ਰੈਕਟਿਸ ਕੁਐਸਚਨਸ ਜਿਹੜੇ ਤੁਹਾਨੂੰ ਦਿੱਤੇ ਸੀਗੇ ਉਹ ਵੀ ਤੁਸੀਂ ਉਹਦਾ ਵੀ ਤੁਸੀਂ ਬੈਨੀਫਿਟ ਉਠਾ ਲਿਆ ਹੋਣਾ ਸੈਕੰਡ ਐਂਡ ਥਰਡ ਵੀਕ ਆਨਵਰਡਸ ਜਿਹੜੇ ਤਾਂ ਬਾਕੀ ਦੇ ਸਬਜੈਕਟਸ ਆ ਉਹਨਾਂ 'ਚ ਕੋਈ ਚੇਂਜ ਨਹੀਂ ਹੈ ਉਹੀ ਆਪਣੀ ਸਟ੍ਰੈਟੇਜੀ ਹੈ ਇਸ ਹਫਤੇ ਯੂ ਆਰ ਸਪੋਸਟ ਟੂ ਕਵਰ ਹਿਸਟਰੀ ਦਾ ਸਾਰਾ ਪੋਰਸ਼ਨ ਪਲੱਸ ਪੰਜਾਬ ਦਾ ਸਾਰਾ ਪੋਰਸ਼ਨ ਪੰਜਾਬ ਵਾਲਾ ਪੋਰਸ਼ਨ ਹਿਸਟਰੀ ਐਂਡ ਕਲਚਰ ਆਫ ਪੰਜਾਬ ਵਾਲਾ ਜਿਹੜਾ ਪੋਰਸ਼ਨ ਹੈ ਉਹਨੂੰ ਚੰਗੀ ਤਰ੍ਹਾਂ ਜੇ ਆਪਾਂ ਕਵਰ ਕਰਨਾ ਚਾਹੁੰਦੇ ਆ ਇੱਕ ਤਾਂ ਤੁਸੀਂ ਪੰਜਾਬ ਮਹਾ ਲੈਕਚਰ ਦੇਖਣਾ ਹੈ ਦੂਸਰਾ ਜਿਹੜੇ ਤੁਹਾਨੂੰ 19 MCQ ਸੈਸ਼ਨਸ ਪ੍ਰੋਵਾਈਡ ਕੀਤੇ ਗਏ ਆ ਤੁਹਾਡੇ ਰਿਸਪੈਕਟਿਵ ਕੋਰਸਿਸ 'ਚ ਉਹਨਾਂ MCQs ਨੂੰ ਤੁਸੀਂ ਗੋ ਥਰੂ ਕਰਨਾ ਹੈ ਕਲਚਰ ਵਾਲਾ ਜਿਹੜਾ ਪੋਰਸ਼ਨ ਹੈ ਉਹਨਾਂ ਐਮਸੀਕਿਊਸ 'ਚ ਚੰਗੀ ਤਰ੍ਹਾਂ ਕਵਰਡ ਹੈ ਕਿ ਫੋਕ ਡਾਂਸਸ ਬਾਰੇ ਬੁੱਕਸ ਬਾਰੇ ਆਥਰਸ ਬਾਰੇ ਅਵਾਰਡਸ ਬਾਰੇ ornaments ਬਾਰੇ ਫੈਸਟੀਵਲਸ ਬਾਰੇ ਉਹ ਸਾਰੇ ਐਮਸੀਕਿਊਸ 'ਚ ਉਹ ਚੀਜ਼ਾਂ ਚੰਗੀ ਤਰ੍ਹਾਂ ਕਵਰਡ ਹੈ ਤਾਂ ਪੰਜਾਬ ਐਂਡ ਹਿਸਟਰੀ ਤੁਸੀਂ ਇਸ ਹਫਤੇ ਜੀਕੇ 'ਚ ਕਵਰ ਕਰਨਾ ਹੈ ਕਰੰਟ ਅਫੇਅਰ ਜੁਲਾਈ ਅ ਮਈ ਜੂਨ ਜੁਲਾਈ ਦੇ ਕਰੰਟ ਅਫੇਅਰਸ ਤੁਸੀਂ ਇਸ ਹਫਤੇ ਕਵਰ ਕਰਨੇ ਆ ਕੰਪਿਊਟਰ ਚ ਤੁਸੀਂ ਵਰਡ ਐਕਸਲ ਪਾਵਰਪੁਆਇੰਟ ਜਿਹੜੇ ਆਫਿਸ ਦੇ ਬੇਸਿਕ ਪ੍ਰੋਡਕਟਿਵਿਟੀ ਟੂਲਸ ਹੁੰਦੇ ਆ ਉਹਨਾਂ ਦੇ ਉਹ ਟੌਪਿਕਸ ਤੁਸੀਂ ਰਿਵਾਈਜ਼ ਕਰਨੇ ਹਨ ਉਹਨਾਂ ਦੇ ਐਮਸੀਕਿਊਜ਼ ਦੀ ਪ੍ਰੈਕਟਿਸ ਕਰਨੀ ਹੈ ਇੰਗਲਿਸ਼ ਐਂਡ ਪੰਜਾਬੀ ਦੀ ਤੁਹਾਡੀ ਰੈਗੂਲਰ ਵੀਕਲੀ ਪ੍ਰੈਕਟਿਸ ਐਂਡ ਡੇਲੀ ਬੇਸਿਸ ਤੇ ਤੁਹਾਡੀ ਪ੍ਰੈਕਟਿਸ ਚੱਲ ਹੀ ਰਹੀ ਹੈ ਚੇਂਜ ਕੀ ਆਇਆ ਇਥੇ ਕੁਆਂਟ ਐਂਡ ਰੀਜ਼ਨਿੰਗ ਚ ਥੋੜਾ 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 ਚੇਂਜ ਆਇਆ ਕੁਝ ਟੌਪਿਕਸ ਐਡੀਸ਼ਨਲ ਐਡ ਹੋਏ ਆ ਕੁਝ ਟੌਪਿਕਸ ਸਬਟ੍ਰੈਕਟ ਹੋਏ ਆ ਜਿਵੇਂ ਕਿ ਸਪੈਸੀਫਿਕਲੀ ਉਹਨਾਂ ਨੇ ਮੈਂਸ਼ਨ ਕੀਤਾ ਪ੍ਰੋਬਲਮਸ ਔਨ ਟ੍ਰੇਨਸ ਬੋਟਸ ਐਂਡ ਸਟ੍ਰੀਮਸ ਇਹ ਆਦਰਵਾਈਜ਼ ਵੀ ਟਾਈਮ ਸਪੀਡ ਡਿਸਟੈਂਸ ਦਾ ਪਾਰਟ ਹੁੰਦਾ ਪਰ ਉਹਨਾਂ ਨੇ ਕਿਉਂਕਿ ਸਿਲੇਬਸ 'ਚ ਸਪੈਸ਼ਲੀ ਮੈਂਸ਼ਨ ਕੀਤਾ ਤਾਂ ਤੁਹਾਨੂੰ ਵੀ ਮੈਂ ਇਹੀ ਐਡਵਾਈਸ ਕਰੂੰਗਾ ਕਿ ਇਹਨਾਂ ਦੇ ਵੀ ਕੁਐਸਚਨਸ ਦੀ ਤੁਸੀਂ ਪ੍ਰੈਕਟਿਸ ਕਰ ਲੈਣਾ ਅਸੀਂ ਵੀ ਜਿਹੜੇ ਤੁਹਾਨੂੰ ਕੁਐਸਚਨਸ ਦਵਾਂਗੇ ਉਹਨਾਂ 'ਚ ਇਹ ਇਹਨਾਂ ਟੌਪਿਕਸ ਦੀ ਪ੍ਰੈਕਟਿਸ ਕਰਵਾਵਾਂਗੇ आई सेम इज टू अबाउट रीजनिंग इट्स अ कोडिंग डिकोडिंग कुछ चीजें द पुरानी आई हैं जड़ा हुन न्यू स्ट्रेटजी वाली ਤੁਹਾਨੂੰ ਦੱਸ ਰਹੇ ਆ ਕੋਡਿੰਗ ਡੀਕੋਡਿੰਗ ਸਿਟਿੰਗ ਅਰੇਂਜਮੈਂਟ ਰੈਂਕਿੰਗ ਲੈਟਰ ਵਰਡ ਪ੍ਰੋਬਲਮ ਅਲਫਾਨੂਮੈਰਿਕ ਮੈਥਮੈਟੀਕਲ ਆਪਰੇਸ਼ਨਸ ਇਸ ਐਡ ਕੀਤੇ ਆ ਚੂজিং ਦੀ ਆਡ ਵਰਡ ਸੀਕੂਐਂਸਿੰਗ ਆਫ ਵਰਡਸ ਇਹ ਵਾਲੇ ਟੌਪਿਕਸ ਤੁਸੀਂ ਰਿਵਾਈਜ਼ ਕਰਨੇ ਆ ਤੁਹਾਡੇ ਰਿਸਪੈਕਟਿਵ ਵੀਡੀਓਸ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਐਮਸੀਕਿਊ ਸੈਸ਼ਨਸ ਜਿਹੜੇ ਹੈਗੇ ਆ ਇਹਨਾਂ ਦੇ ਕੰਡੈਕਸ਼ਨ ਤੁਸੀਂ ਉਹ ਉਹਨਾਂ ਤੋਂ ਇਹ ਚੀਜ਼ਾਂ ਰਿਵਾਈਜ਼ ਕਰ ਸਕਦੇ ਹੋ ਜਿਹੜੇ 200 ਪ੍ਰੈਕਟਿਸ ਕੁਐਸਚਨਸ ਦੇਨੇ ਆ ਉਹ ਤੁਹਾਨੂੰ ਨਿਊ ਸਟਰੈਟਜੀਜ਼ ਦੇ ਤਹਿਤ ਇਹਨਾਂ ਟੌਪਿਕਸ ਨੂੰ ਇਨਕਲੂਡ ਕਰਕੇ ਹੀ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ। ਦੈਨ ਨੈਕਸਟ ਵੀਕ 3rd ਵੀਕ ਦੀ ਜੇ ਮੈਂ ਗੱਲ ਕਰਾਂ ਅਗੇਨ ਇੱਥੇ ਕੁਝ ਨਿਊ ਟੌਪਿਕਸ ਹੈ। ਕਲੌਕਸ ਐਂਡ ਕੈਲੰਡਰਸ ਪਹਿਲਾਂ ਅਸੀਂ ਸਟ੍ਰੈਟੇਜੀ ਚ ਨਹੀਂ ਰੱਖਿਆ ਸੀਗਾ ਉਸ ਇਨਕਲੂਡ ਕਰ ਰਹੇ ਆ ਪਹਿਲਾਂ ਅਸੀਂ ਇਕੁਏਸ਼ਨਸ ਸਟੈਟਿਸਟਿਕਸ ਪ੍ਰੋਬੈਬਿਲਿਟੀ ਇਹ ਵਾਲੇ ਟਾਪਿਕਸ ਰੱਖੇ ਸੀਗੇ ਹੁਣ ਉਹ ਸਿਲੇਬਸ ਚ ਮੈਂਸ਼ਨ ਨਹੀਂ ਹੈਗੇ ਤਾਂ ਔਨ ਦੀ ਬੇਸਿਸ ਆਫ ਦ ਚੀਜ਼ਾਂ ਜਿਹੜੀਆਂ ਮੈਂਸ਼ਨ ਕੀਤੀਆਂ ਹੈ ਡਾਟਾ ਇੰਟਰਪ੍ਰੀਟੇਸ਼ਨ ਮਿਕਸਚਰ ਐਂਡ ਐਲੀਗੇਸ਼ਨ ਕਲੌਕਸ ਐਂਡ ਕੈਲੰਡਰਸ ਪ੍ਰੋਬਲਮਸ ਔਨ ਏਜਸ ਇਹ ਕੁਆਂਟ ਦਾ ਡੋਮੇਨ ਰਹਿਣਗੀਆਂ ਇੱਥੇ ਇੱਕ ਇੰਪੋਰਟੈਂਟ ਚੇਂਜ ਹੈ ਰੀਜ਼ਨਿੰਗ ਦੇ ਕੇਸ ਚ ਨੋਨ ਵਰਬਲ ਰੀਜ਼ਨਿੰਗ ਇਜ਼ ਆਲਸੋ ਪਾਰਟ ਆਫ ਯੂਅਰ ਸਿਲੇਬਸ ਪਹਿਲਾਂ ਅਸੀਂ ਸਟਰੈਟਜੀ ਜੇ ਨਹੀਂ ਰੱਖੀ ਸੀਗੀ ਵਰਬਲ ਚ ਤਾਂ ਉਹੀ ਪੁਰਾਣੀਆਂ ਐਨਲੋਜੀ ਕਲਾਸੀਫਿਕੇਸ਼ਨ ਟਾਈਮ ਸੀਕੁਐਂਸ ਤੇ ਪਜ਼ਲਸ ਨੋਨ ਵਰਬਲ ਜੋ ਕਾਊਂਟਿੰਗ ਦੀ ਫਿਗਰਸ ਵਗੈਰਾ ਹੋ ਜਾਂਦਾ ਹੈ ਕਯੂਬ ਕਟਿੰਗ ਇਹ ਸਾਰੀਆਂ ਚੀਜ਼ਾਂ ਡਾਈਸ ਮਿਸਿੰਗ ਨੰਬਰ ਅਲਫਾਬੈਟਸ ਕੰਪਲੀਟਿੰਗ ਦੀ ਇਮੇਜ ਕਯੂਬ ਕਟਿੰਗ ਕਾਊਂਟਿੰਗ ਫਿਗਰ ਸੀਰੀਜ਼ ਐਨਲੋਜੀ ਕਲਾਸੀਫਿਕੇਸ਼ਨ ਇਹ ਨੋਨ ਵਰਬਲ ਰੀਜ਼ਨਿੰਗ ਤੇ ਵੀ ਤੁਸੀਂ ਫੋਕਸ ਕਰਨਾ ਹੈ ਨਨ ਬਾਕੀ ਆਪਣਾ ਜਿਹੜਾ ਆ जीके है ज्योग्राफी एंड पॉलिटी वाला पोर्शन ਤੁਸੀਂ ਇੱਥੇ ਰਿਵਾਈਜ਼ ਕਰਨਾ ਹੈ கரنٹ افیਅਰਸ April March ਤੇ February ਦੇ ਰਿਵਾਈਜ਼ ਕਰਨੇ ਹੈ ਵੈਬ ਟੈਕਨੋਲੋਜੀਸ ਇੰਟਰਨੈਟ ਰਿਲੇਟਿਡ ਜਿਹੜੀਆਂ ਚੀਜ਼ਾਂ ਹੁੰਦੀਆਂ ਆਈਟੀ ਚ ਕਰਨੀ ਹੈ ਇੰਗਲਿਸ਼ ਐਂਡ ਪੰਜਾਬੀ ਦੀ ਪ੍ਰੈਕਟਿਸ ਤੁਸੀਂ ਉਦਾਂ ਹੀ ਕੰਟੀਨਿਊ ਕਰਨੀ ਹੈ ਇਹ ਆਪਣੀ ਚੇਂਜ ਸਟ੍ਰੈਟਜੀ ਰਹੂਗੀ ਸੇਮ ਹਜੇ ਐਗਜ਼ਾਮ ਡੇਟ ਬਾਰੇ ਕਲੈਰਿਟੀ ਨਹੀਂ ਹੈਗੀ 5 ਦਸੰਬਰ ਨੂੰ ਅਸੀਂ ਤੁਹਾਡਾ ਟੈਸਟ ਲਵਾਂਗੇ ਪਰ ਜੇ ਤੁਹਾਡਾ ਐਕਚੁਅਲ ਟੈਸਟ ਹੀ 5 ਦਸੰਬਰ ਨੂੰ ਹੁੰਦਾ ਤਾਂ ਥੋੜੀ ਜੀ ਸਟ੍ਰੈਟਜੀ ਨੂੰ ਪਾ ਫਿਰ ਚੇਂਜ ਕਰਕੇ ਫਰਾਈਡੇ ਤੱਕ ਤੁਹਾਡਾ ਟੈਸਟ ਲੈ ਲਾਂਗੇ ਫੁੱਲ ਟੈਸਟ ਲੈ ਲਾਂਗੇ so that ਤੁਸੀਂ ਸੰਡੇ ਨੂੰ ਆਪਣਾ ਟੈਸਟ ਸਕਸੈਸਫੁਲੀ ਦੇ ਪਾ ਤਾਂ ਇਹ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਇਹ ਅਪਡੇਟਸ ਸੀਗੀਆਂ ਵਿਦ ਰਿਸਪੈਕਟ ਟੂ ਦੀ ਕਲਰਕ ਪੋਸਟ ਐਸ ਡਿਕਲੇਅਰਡ ਬਾਈ ਪੰਜਾਬ ਐਸ 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 ਬੋਰਡ ਸੋ ਆਈ ਹੋਪ ਤੁਹਾਡੀ ਤਿਆਰੀ ਠੀਕ ਚੱਲਦੀ ਹੋਊਗੀ ਜਿੰਨਾ ਬੱਚਿਆਂ ਨੇ ਹਜੇ ਤਿਆਰੀ ਵਾਲੇ ਮੋਡ ਚ ਨਹੀਂ ਆਏ ਤਾਂ ਲਾਈਕ ਇਟਸ ਹਾਈ ਟਾਈਮ ਕਿ ਉਹ ਤਿਆਰੀ ਵਾਲੇ ਮੋਡ ਚ ਆ ਜਾਣ ਕਿਉਂਕਿ ਟਾਈਮ ਰਹਿ ਨਹੀਂ ਗਿਆ ਬੱਚੇ ਜ਼ਿਆਦਾ ਪੇਪਰ ਲਈ ਤਾਂ ਤਿਆਰੀ ਵਾਲੇ ਮੋਡ ਚ ਆਓ ਐਮਸੀਕਿਊ ਪ੍ਰੈਕਟਿਸ ਦੇ ਉੱਪਰ ਫੋਕਸ ਕਰਦੇ ਹੋਏ ਆਪਾਂ ਪੇਪਰ ਦੇਣ ਜਾਈਏ ਐਂਡ ਫਲਾਈਂਗ ਕਲਰਸ ਨਾਲ ਪੇਪਰ ਚ ਕਲੀਅਰ ਪੇਪਰ ਨੂੰ ਕਲੀਅਰ ਕਰੀਏ ਸੋ ਦੈਟਸ ਆਲ ਫਰਮ ਮਾਈ ਸਾਈਡ ਆਲ ਦੀ ਬੈਸਟ ਫਾਰ ਦੀ ਐਗਜ਼ਾਮ